ਘਰਵਾਲੀ ਤੋਂ ਦੁਖੀ ਹੋ ਕੇ ਬੰਦੇ ਲਈ ਚਾਹ ਮੁਫਤ। ਬਈ ਹਾਸੀ ਆਉਂਦੀ ਹੈ, ਲਿਖਿਆ ਘਰਵਾਲੀ ਤੋਂ ਦੁਖੀ ਬੰਦੇ ਲਈ ਮੁਫਤ ਚਾਹ। ਜਿਵੇਂ ਆਪਾਂ ਫਲੇਵਰ ਚਾਹ ਰੱਖ ਲੈਣੇ, ਕੇਸਰ ਚਾਹ, ਲੈਚੀ ਚਾਹ, ਹੋਰ ਚਾਹ ਵੀ, ਉਹ ਤਾਂ ਸਾਰੇ ਕਾਪੀ ਵੀ ਕਰ ਲੈਣਗੇ ਵੀ ਇਹੋ ਜਿਹੇ ਅਟਰੈਕਟਿਵ ਜੇ ਨਾ ਹੋਣ ਵੀ ਜਿਹੜਾ ਕੋਈ ਕਾਪੀ ਵੀ ਨਾ ਕਰ ਲਏ। ਇਹਦੇ ਵਿੱਚ ਇੱਕ ਸ਼ਰਤ ਜ਼ਰੂਰ ਹੈ ਵੀ ਜਿਹੜਾ ਕਹਿੰਦਾ ਕਿ ਮੈਂ ਘਰਵਾਲੀ ਤੋਂ ਦੁਖੀ ਹਾਂ ਵੀ ਘਰਵਾਲੀ ਨਾਲ ਹੋਵੇ ਤਾਂ ਉਹਦੇ ਸਾਹਮਣੇ ਕਹਿਣਾ ਮੈਂ ਦੁਖੀ ਹਾਂ। ਅਤੇ ਇੰਨੀ ਹਿੰਮਤ ਮੈਨੂੰ ਲੱਗਦਾ ਅੱਜ ਕੱਲ੍ਹ ਕੋਈ ਰੱਖਦਾ ਨਹੀਂ ਹੈਗਾ। ਧੋਖਾ ਖਾਧੇ ਅੱਜ ਕੱਲ੍ਹ ਅਸੀਂ ਲੈਸ ਵੀ ਰੱਖਿਆ ਵੀ ਜਿਹੜੇ ਪਹਿਲਾਂ ਹੀ ਆਪਦਾ ਸਾਰਾ ਕੁਛ ਲਟਾ ਲੈਂਦੇ ਆ ਨਾ, ਜੇਬਾਂ ਖਾਲੀ ਹੋਈਆਂ ਤਾਂ ਉਹ ਜਿਹਾ ਵਾਸਤੇ ਫਿਰ ਲੈਸ ਵੀ ਜ਼ਰੂਰੀ, ਤਾਂ ਉਹਨਾਂ ਦੀ ਚਾਹ ਅਸੀਂ 15 ਰੁਪਏ ਰੱਖੀ ਹੈ। ਬਾਈ ਜੀ ਦੁਬਾਰੇ ਦੁਨੀਆਂ 'ਤੇ ਆ ਚੁੱਕੀ ਹੈ ਅਤੇ ਇਹਦੇ ਵਿੱਚ ਕੀ ਹੈ, ਇਸ ਪੂਰੇ ਮਹੀਨੇ ਅਸੀਂ ਆਪਦੇ 400 ਦੇ ਔਡਰ 'ਤੇ 10% ਲੈਸ ਰੱਖਿਆ ਹੋਇਆ ਸਿੱਧੂ ਮੂਸੇਵਾਲੀ ਦੇ ਦੁਬਾਰੇ ਜਨਮ ਲੈਣ ਦੀ ਖੁਸ਼ੀ ਦੇ ਵਿੱਚ। ਬਾਈ ਹਾਸੀ ਆਉਂਦੀ ਹੈ, ਲਿਖਿਆ ਘਰਵਾਲੀ ਤੋਂ ਦੁਖੀ ਬੰਦੇ ਲਈ ਮੁਫਤ ਚਾਹ। ਇਹ ਮੈਨੂੰ ਐਂ ਸੀ ਵੀ ਜਿਵੇਂ ਆਪਾਂ ਫਲੇਵਰ ਚਾਹ ਰੱਖ ਲੈਣੇ, ਕੇਸਰ ਚਾਹ, ਲੈਚੀ ਚਾਹ, ਹੋਰ ਚਾਹ ਵੀ, ਉਹ ਤਾਂ ਸਾਰੇ ਕਾਪੀ ਵੀ ਕਰ ਲੈਣਗੇ ਵੀ ਇਹੋ ਜਿਹੇ ਅਟਰੈਕਟਿਵ ਜੇ ਨਾ ਹੋਣ ਵੀ ਜਿਹੜਾ ਕੋਈ ਕਾਪੀ ਵੀ ਨਾ ਕਰ ਲਏ। ਤਾਂ ਜੇ ਅੱਜ ਕੱਲ੍ਹ ਜਿਵੇਂ ਦੀ ਲਾਈਫ ਹੈਗੀ ਹੈ ਲੋਕਾਂ ਨੇ ਦੇਖੀ, ਸਭ ਤੋਂ ਪਹਿਲਾਂ ਉਹਨਾਂ ਟਾਈਟਲ ਹੀ ਸਭ ਤੋਂ ਮੈਨੂੰ ਵਧੀਆ ਲੱਗਿਆ ਵੀ ਇਹ ਰੱਖੀਏ। ਬਟ ਇਹਦੇ ਵਿੱਚ ਇੱਕ ਸ਼ਰਤ ਜ਼ਰੂਰ ਹੈ ਵੀ ਜਿਹੜਾ ਕਹਿੰਦਾ ਕਿ ਮੈਂ ਘਰਵਾਲੀ ਤੋਂ ਦੁਖੀ ਹਾਂ ਵੀ ਘਰਵਾਲੀ ਨਾਲ ਹੋਵੇ ਤਾਂ ਉਹਦੇ ਸਾਹਮਣੇ ਕਹਿਣਾ ਮੈਂ ਦੁਖੀ ਹਾਂ। ਅਤੇ ਇੰਨੀ ਹਿੰਮਤ ਮੈਨੂੰ ਲੱਗਦਾ ਅੱਜ ਕੱਲ੍ਹ ਕੋਈ ਰੱਖਦਾ ਨਹੀਂ ਹੈਗਾ। ਉਹਨੂੰ ਚਾਹ ਮੁਫਤ ਪਿਆ ਪਿਆ ਦਿੰਦੇ ਕੋਈ ਗੱਲ ਨਹੀਂ, ਜੇ ਕੋਈ ਆਊਗਾ ਜ਼ਿਆਦਾ ਦੁਖੀ ਤਾਂ ਉਹਨੂੰ ਪਿਆਈ ਵੀ ਜਾਂਦੀ ਹੈ। ਕਿਹੜੇ ਕਿਹੜੇ ਤੁਸੀਂ ਚਾਹ ਦੇ ਜਿਹੜੇ ਨਾਮ ਲਿਖੇ, ਕਿਸ ਤਰ੍ਹਾਂ ਦੇ, ਕਿਸ ਤਰ੍ਹਾਂ ਮਨ 'ਚ ਆਇਆ ਤੁਹਾਡੀ? ਜਿਵੇਂ ਅੱਜ ਕੱਲ੍ਹ ਯੂਥ ਆਪਣੇ ਕੋਲ ਰੈਸਟੋਰੈਂਟਾਂ 'ਤੇ ਆਉਂਦੇ ਜਾਂ ਹੋਰ ਉਹਦੇ ਵਿੱਚ ਆ ਕੇ ਧੋਖਾ ਖਾਧੇ ਆਸ਼ਕ, ਜਿਵੇਂ ਇੱਥੇ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਆਈਲੈਟਸ ਵਾਲੇ ਆਉਂਦੇ ਆ ਜਾਂ ਕੋਈ ਸਾਹਮਣੇ ਦਾਦੀ ਪੋਤੀ ਪਾਰਕ ਹੈ, ਕਈਆਂ ਦੀ ਜੋੜੀਆਂ ਸਿਰੇ ਵੀ ਚੜ੍ਹ ਜਾਂਦੇ, ਕਈ ਵਿਚਾਰੇ ਧੋਖਾ ਵੀ ਖਾ ਲੈਂਦੇ ਆ, ਤਾਂ ਫਿਰ ਉਹ ਜਿਹਾ ਸਭ ਤੋਂ ਪਹਿਲਾਂ ਧੋਖਾ ਖਾਧੇ ਆਸ਼ਕਾਂ ਲਈ ਅਸੀਂ ਲੈਸ ਵੀ ਰੱਖਿਆ ਵੀ ਜਿਹੜੇ ਪਹਿਲਾਂ ਹੀ ਆਪਦਾ ਸਾਰਾ ਕੁਛ ਲਟਾ ਲੈਂਦੇ ਆ ਨਾ, ਜੇਬਾਂ ਖਾਲੀ ਹੋਈਆਂ ਤਾਂ ਉਹ ਜਿਹਾ ਵਾਸਤੇ ਫਿਰ ਲੈਸ ਵੀ ਜ਼ਰੂਰੀ, ਤਾਂ ਉਹਨਾਂ ਦੀ ਚਾਹ ਅਸੀਂ 15 ਰੁਪਏ ਰੱਖੀ ਹੈ। ਜਿਹੜੇ ਪ੍ਰੇਮੀ ਜੋੜੇ ਜਿਨ੍ਹਾਂ ਦਾ ਪਿਆਰ ਪੂਰ ਚੜ੍ਹ ਜਾਂਦਾ, ਉਹਨਾਂ ਨੂੰ ਅਸੀਂ ਸਪੈਸ਼ਲ ਪ੍ਰੇਮੀ ਜੋੜਾ ਚਾਹ ਦਿੰਦੇ ਹਾਂ ਜਿਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਪਾ ਕੇ ਚਾਹ ਬਣਾਉਂਦੇ ਹਾਂ ਵੀ ਉਹਦੇ ਨਾਲ ਉਹਨਾਂ ਦਾ ਪਿਆਰ ਹੋਰ ਵੀ ਮਹਿਕੇ, ਹੋਰ ਵੀ ਖਿੜੇ। ਬਾਕੀ ਤਾਂ ਆਪਣੇ ਪਿੰਡ ਵਾਲੀਆਂ ਚਾਹ, ਗੁੜ ਵਾਲੀ ਚਾਹ, ਡਾਂਗ ਵਾਲੀ ਚਾਹ ਹੈਗੀ ਹੈ। ਅਤੇ ਜਿਹੜੇ ਕਈ ਵਾਰੀ ਇਹ ਸਾਡੀ ਗੱਲ ਦਾ ਗੁੱਸਾ ਨਾ ਕਰ ਜਾਂਦੇ ਵੀ ਘਰ ਵਾਲੀ ਤੋਂ ਦੁਖੀ ਵੀ ਸੁਖੀ ਵੀ ਬਹੁਤ ਹੈ, ਤਾਂ ਉਹਨਾਂ ਲਈ ਸਾਡੇ ਸਪੈਸ਼ਲ ਆ ਸਾਡੇ ਕੋਲ ਘਰ ਵਾਲੀ ਆਓ ਅਤੇ ਮੁਫਤ ਚਾਹ ਪੀ ਕੇ ਜਾਓ। ਆਇਆ ਤੁਹਾਡੇ ਕੋਲ ਇਸ ਤਰ੍ਹਾਂ ਦਾ? ਆਉਂਦੇ ਕੱਲ੍ਹ ਹੀ ਸ਼ੁਰੂਆਤ ਜਦੋਂ ਦਿੰਦੀ ਹੋਈ ਸਭ ਤੋਂ ਪਹਿਲੇ ਕਸਟਮਰ ਹੀ ਇੱਦਾਂ ਦੇ ਆਏ ਜੀ। ਉਹ ਬਟ ਸਾਡੀ ਕੈਟਾਗਰੀ ਨਾਲ ਵੀ 200 ਦਾ ਔਡਰ ਦਿਓ, 200 ਦਾ ਔਡਰ ਦਿੰਦੇ ਹੀ ਅਸੀਂ ਉਹਨਾਂ ਨਾਲ ਬਿਨਾਂ ਕਹੀ ਆਪ ਫਰੀ ਚਾਹ ਪਈ ਤਾਂ ਬਹੁਤ ਖੁਸ਼ ਹੋਏ ਅਤੇ ਕਹਿੰਦੇ ਅਸੀਂ ਅੱਗੇ ਵੀ ਸ਼ੇਅਰ ਕਰਾਂਗੇ ਇਹ ਚੀਜ਼। ਤਾਂ ਕਿਸ ਤਰ੍ਹਾਂ ਦੇਖਦੇ ਹੋ ਬਾਈ ਸਿੱਧੂ ਮੂਸੇਵਾਲਾ? ਤਾਂ ਦੇਖੋ ਜੀ, ਬੱਚੇ ਦੀ ਜਵਾਨ 'ਤੇ ਸਿੱਧੂ ਮੂਸੇਵਾਲੇ ਬਾਈ ਦਾ ਨਾਮ ਹੈ, ਚਲੋ ਆਪਣੇ ਏਰੀਏ ਦੀ ਸ਼ਾਨ ਹੈ ਨਾ, ਤਾਂ ਕਰਕੇ ਮੈਂ ਉਹਨਾਂ ਤੋਂ ਇੰਸਪਾਇਰ ਹੋਇਆ। ਜਿਵੇਂ ਜਿਵੇਂ ਉਹਨਾਂ ਦੀ ਵਰਡਿੰਗ ਹੈਗੀ ਹੈ ਉਹ ਹਰੇਕ ਨੂੰ ਇੰਸਪਾਇਰ ਕਰਦੀ ਹੈ, ਤਾਂ ਫਿਰ ਮੈਂ ਇੱਕ ਲਾਈਨ ਵੀ ਲਿਖੀ ਹੋਈ ਉੱਤੇ ਵੀ ਮਿਹਨਤ ਕਰਨ ਵਾਲਿਆਂ ਦੀ ਤਰੱਕੀ ਹੁੰਦੀ ਹੈ ਨਾ, ਤਾਂ ਕਰਕੇ ਫਿਰ ਮੈਨੂੰ ਇਹ ਸੀ ਵੀ ਬਾਈ ਤੋਂ ਇੰਸਪਾਇਰ ਹੋ ਕੇ ਮੈਂ ਪਹਿਲਾਂ ਉਹਨਾਂ ਦੀ ਫੋਟੋ ਲਾਈ ਜਦੋਂ ਆਪਾਂ ਐਂਟਰੀ ਕਰਦੇ ਹਾਂ ਗੁਰੂਆਂ ਨੂੰ ਮੱਥਾ ਟੇਕਦੇ ਹਾਂ ਅਤੇ ਨਾਲ ਹੀ ਬਾਈ ਜੀ ਨੂੰ ਵੀ ਟੇਕਦੇ ਹੈ ਨਾ, ਅਤੇ ਮੈਨੂੰ ਬਹੁਤ ਖੁਸ਼ੀ ਹੈ ਬਾਈ ਜੀ ਦੁਬਾਰੇ ਦੁਨੀਆਂ 'ਤੇ ਆ ਚੁੱਕੀ ਹੈ। ਅਤੇ ਇਹਦੇ ਵਿੱਚ ਕੀ ਹੈ, ਇਸ ਪੂਰੇ ਮਹੀਨੇ ਅਸੀਂ ਆਪਦੇ 400 ਦੇ ਔਡਰ 'ਤੇ 10% ਲੈਸ ਰੱਖਿਆ ਹੋਇਆ ਸਿੱਧੂ ਮੂਸੇਵਾਲੀ ਦੇ ਦੁਬਾਰੇ ਜਨਮ ਲੈਣ ਦੀ ਖੁਸ਼ੀ ਦੇ ਵਿੱਚ। ਅਸੀਂ ਬਹੁਤ ਹੀ ਇੰਟਰਵਿਊ ਕੀਤੀ ਹੈ ਸਿੱਧੂ ਮੂਸੇਵਾਲੇ ਬਾਈ ਨੇ, ਜੇ ਮੰਨ ਲਓ ਉਹਨਾਂ ਦੇ ਘਰ ਕੋਈ ਕੰਮ ਵੀ ਕਰਦਾ ਸੀ ਜਾਂ ਕੋਈ ਵੀ ਦੂਰੋਂ ਦੂਰੋਂ ਆਉਂਦੇ ਸੀਗਾ, ਤਾਂ ਉਹ ਜਿਹੜਾ ਕੰਮ ਦੱਸ ਦਿੰਦਾ ਸੀ ਉਹ ਸਿਰੇ ਚੜ੍ਹ ਜਾਂਦਾ ਸੀ। ਕਿਸ ਤਰ੍ਹਾਂ ਦੇਖਦੇ ਹੋ ਉਸ ਕੰਮ ਨੂੰ? ਜਿਵੇਂ ਕਿ ਤੁਸੀਂ ਐਂ ਲਾ ਲਓ ਨਾ, ਉਹਨਾਂ ਦੀਆਂ ਗੱਲਾਂ ਕਹੀਆਂ ਬਹੁਤ ਸੱਚ ਹੋਈਆਂ, ਜਿਵੇਂ ਉਹਨਾਂ ਦੇ ਗਾਣਿਆਂ 'ਚ ਜਿਵੇਂ ਉਹਨਾਂ ਦੀ ਡੈਥ ਹੋਈ ਹੈ ਉਹ ਵੀ ਉਹਨਾਂ ਦੇ ਗਾਣਿਆਂ ਦੇ ਵਿੱਚ ਆਪਾਂ ਦੇਖੀਏ ਸੱਚ ਹੋਈ ਹੈ ਵੀ ਚਲੋ ਇਹ ਤਾਂ ਕੀੜੀ ਨੂੰ ਤਿਣਕੇ ਦਾ ਸਹਾਰੇ ਬਹੁਤ ਹੈ, ਜਿਵੇਂ ਸਾਡੇ ਬਾਈ ਦੀ ਫੋਟੋ ਲੱਗੀ ਹੈ, ਜਿਵੇਂ ਹੁਣ ਦੂਰੋਂ ਜਿਨ੍ਹਾਂ ਦੀ ਨਜ਼ਰ ਪੈ ਜਾਂਦੀ ਉਹ ਜਿਹਨੇ ਨਹੀਂ ਵੀ ਖੜਨਾ ਹੁੰਦਾ ਉਹ ਵੀ ਖੜ ਕੇ ਜਾਂਦੇ ਹੈ। ਦੂਸਰੀ ਗੱਲ ਆਪਣਾ ਬੋਰਡ ਹੈ, ਜਿਹੜੇ ਕਈ ਤਾਂ ਫੈਮਲੀਆਂ ਦੇ ਨਾਲ ਹੁੰਦੇ ਉਹ ਵੀ ਗੱਡੀ ਬੈਕ ਕਰਕੇ ਪਿੱਛੇ ਪਹਿਲਾਂ ਫੋਟੋ ਖਿੱਚਦੇ ਫਿਰ ਹੱਸਦੇ ਹੈ, ਇਹਨਾਂ ਨੇ ਨਹੀਂ ਚਾਹ ਪੀਣੀ ਅਤੇ ਉਹ ਵੀ ਆ ਕੇ ਜਾਂਦੇ। ਇੱਕ ਵਾਰੀ ਚਾਹ ਤਾਂ ਚਲੋ ਸਾਡੀ ਐਂਟਰੀ ਦੀ ਇੱਕ ਛੋਟੀ ਜਿਹੀ ਪੁਆਇੰਟ ਹੈ, ਇਸ ਤੋਂ ਬਿਨਾਂ ਸਾਡੇ ਕੋਲ ਫਾਸਟ ਫੂਡ ਸਾਰਾ ਹੀ ਹੁੰਦਾ ਆਪਣੇ ਕੋਲ, ਕੁਰਕਰੀ ਚਾਪ ਹੁੰਦੀ ਹੈ, ਕਰੰਚੀ ਬਰਗਰ ਹੁੰਦੀ ਹੈ, ਸਪੈਸ਼ਲ ਕੜੀ ਚੌਲ, ਰਾਜਮਾ ਚੌਲ, ਹੋਰ ਵੀ ਕਾਫੀ ਆਈਟਮਾਂ ਜਿਵੇਂ ਸ਼ੇਕਸ ਹੋ ਗਏ, ਘਰ ਦਾ ਬਣਿਆ ਹੋਇਆ ਮਿਲਕ ਬਦਾਮ ਹੋ ਗਿਆ। ਬਾਈ ਛੋਟਾ ਸਿੱਧੂ ਆਇਆ, ਤੁਹਾਨੂੰ ਪਤਾ ਹੈਗਾ ਤੁਸੀਂ ਮਿਲ ਕੇ ਆਏ ਹੋ?
ਹਾਂਜੀ ਮੈਂ ਜਿਸ ਦਿਨ ਗਿਆ ਬਟ ਉਹਦੇ ਉਹ ਛੁੱਟੀ ਲੈ ਕੇ ਚਲੇ ਗਏ ਸੀ, ਹੁਣ ਸੰਡੇ ਨੂੰ ਮੈਂ ਉਹਨਾਂ ਦੇ ਪਿੰਡ ਜਾ ਕੇ ਆਊਂਗਾ ਜੀ, ਮੈਨੂੰ ਬਹੁਤ ਖੁਸ਼ੀ ਹੈ। ਅਤੇ ਇਸੇ ਦੇ ਵਿੱਚ ਹੀ ਫਿਰ ਅਸੀਂ ਇੱਥੇ ਔਫਰ ਵੀ ਰੱਖਿਆ ਵੀ ਚਲੋ 10% ਅਸੀਂ ਬਾਈ ਦੇ ਆਉਣ ਦੀ ਖੁਸ਼ੀ ਦੇ ਵਿੱਚ ਔਫਰ ਰੱਖਾਂਗੇ ਜੀ।